ਫੈਕਟ ਐਚ ਤੁਹਾਡਾ ਸਵਾਗਤ ਹੈ ਜੀ। ਮੈਂ ਹਾਂ ਸੁਖਵਿੰਦਰ ਕੋਟਲੀ। ਅੱਜ ਸਾਡੇ ਨਾਲ ਜੁੜੇ ਨੇ ਡਾਕਟਰ ਨਵਿੰਦਰ ਸਿੰਘ ਜੀ, ਜੋ ਕਿ ਪਿੰਡ ਧੂੜ ਤੋਂ ਡਿਸਟ੍ਰਿਕਟ ਪਟਿਆਲਾ ਦੇ ਵਿੱਚੋਂ ਅੱਜ ਸਾਡੇ ਨਾਲ ਜੁੜੇ ਹੋਏ ਨੇ। ਜਾਣਦਿਆਂ ਡੇਰੇ ਸੱਚੇ ਸੌਦੇ ਨਾਲ ਘਰ ਤੋਂ ਜੁੜੇ ਨੇ। ਕੀ ਹੈ ਡੇਰੇ ਸੱਚੇ ਸੌਦੇ ਦੀ ਜਿਹੜੀ ਇਹਨਾਂ ਦੇ ਅੰਦਰ ਕੀ ਇਹਨਾਂ ਦੀ ਪ੍ਰਤੀਕਿਰਿਆ ਡੇਰੇ ਸੱਚੇ ਸੌਦੇ ਨੂੰ ਲੈ ਕੇ? ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਧੰਨ ਧੰਨ ਸਤਿਗੁਰੂ ਤੇਰੀ ਆਸਰਾ। ਡਾਕਟਰ ਜੀ, ਡਾਕਟਰ ਸਾਹਿਬ ਡੇਰੇ ਨਾਲ ਘਰ ਤੋਂ ਜੁੜੇ ਹੋਏ ਹੋ? ਬਚਪਨ ਤੋਂ ਜੀ, ਬਚਪਨ ਤੋਂ ਹੀ ਮੇਰੇ ਫਾਦਰ ਸਾਹਿਬ ਮੰਨ ਲਓ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਨੇ। ਅਸੀਂ ਬਚਪਨ ਤੋਂ ਹੀ ਜੁੜੇ ਹੋਏ ਹਾਂ। 1980 ਤੋਂ ਅਸੀਂ ਡੇਰਾ ਸੱਚਾ ਸੌਦਾ ਦੇ ਵਿੱਚ ਜਾ ਰਹੇ ਹਾਂ ਜੀ। ਕਿਸ ਤਰ੍ਹਾਂ ਦਾ ਮਾਹੌਲ ਹੈ ਡੇਰੇ ਸੱਚੇ ਸੌਦੇ ਦਾ? ਸੱਚਾ ਸੌਦਾ ਬਹੁਤ ਹੀ ਵਧੀਆ ਮਾਹੌਲ ਹੈ ਜੀ। ਸਾਰੇ ਧਰਮਾਂ ਦਾ ਉੱਥੇ ਸਤਿਕਾਰ ਕੀਤਾ ਜਾਂਦਾ ਅਤੇ ਇਨਸਾਨੀਅਤ ਦੀ ਮੰਨ ਲਓ ਸੇਵਾ ਦਾ ਜਿਹੜਾ ਪਾਠ ਪੜ੍ਹਾਇਆ ਜਾਂਦਾ ਡੇਰਾ ਸੱਚਾ ਸੌਦਾ ਦੇ ਵਿੱਚ, ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਗੁਰੂ ਜੀ ਦੀ ਸੋਚ ਕਿਹੋ ਜਿਹੀ ਸੋਚ ਹੈ ਸੰਤ ਗੁਰਮੀਤ ਰਾਮ ਸਿੰਘ ਜੀ ਦੀ ਸੋਚ? ਸਾਡੇ ਗੁਰੂ ਜੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਸੋਚ ਦੁਨੀਆ ਤੋਂ ਪਰੇ ਦੀ ਸੋਚ ਹੈ, ਇਨਸਾਨੀਅਤ ਮਾਨਵਤਾ ਦੀ ਸੇਵਾ ਦੀ ਉਹਨਾਂ ਦੀ ਜਿਹੜਾ ਸੋਚ ਹੈ, ਉਹਨਾਂ ਨੇ ਉਹ ਜਜ਼ਬਾ ਲੱਖਾਂ ਕਰੋੜਾਂ ਸਾਧ ਸੰਗਤ ਦੇ ਵਿੱਚ ਭਰਿਆ ਹੋਇਆ। ਤੁਸੀਂ ਦੇਖਦੇ ਹੋ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਸਾਧ ਸੰਗਤ ਮਹਾਂਨਗਰਾਂ ਨੂੰ ਸਾਫ਼ ਕਰ ਦਿੰਦੀ ਹੈ। ਖੂਨਦਾਨ ਜਿਹੜੇ ਕਿ ਸਕੇ ਭੈਣ ਭਰਾ ਵੀ ਖੂਨ ਦੇਣ ਤੋਂ ਕਤਰਾਉਂਦੇ ਨੇ, ਉੱਥੇ ਸੱਚਾ ਸੌਦਾ ਦੇ ਵਲੰਟੀਅਰ ਨੇ ਜਿਹੜੇ ਦਿਨ ਰਾਤ ਇਸ ਸੇਵਾ ਦੇ ਵਿੱਚ ਜੁਟੇ ਹੋਏ ਨੇ। ਅਤੇ ਹੋਰ ਵੀ ਮਾਨਵਤਾ ਭਲਾਈ ਦੇ ਬਹੁਤ ਹੀ ਕੰਮ ਸਾਡੇ ਗੁਰੂ ਜੀ ਨੇ ਸਾਨੂੰ ਸਿਖਾਇਆ, ਇਨਸਾਨੀਅਤ ਦੀ ਸੇਵਾ 'ਤੇ ਚੱਲਣਾ ਸਿਖਾਇਆ, ਅਤੇ ਵੇਸ਼ਵਾ ਲੜਕੀਆਂ ਦੀ ਸਾਦੀ ਜਿਵੇਂ ਘਰ ਬਣਾ ਕੇ ਦੇਣਾ, ਕਿਸੇ ਗਰੀਬ ਦਾ ਇਲਾਜ ਕਰਵਾਉਣਾ, ਅਤੇ ਹੋਰ ਵੀ 134 ਕਾਰਜ ਜਿਹੜੇ ਡੇਰੇ ਸੱਚਾ ਸੌਦਾ ਦੇ ਵੱਲੋਂ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ। ਮੰਨ ਲਓ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਸਰੀਰ ਬਿਲਕੁਲ ਹਲਕਾ ਜਿਹਾ ਹੋ ਜਾਂਦਾ ਸੇਵਾ ਕਰਕੇ, ਅਤੇ ਇਸ ਤਰ੍ਹਾਂ ਦੀ ਸਾਨੂੰ ਖੁਸ਼ੀ ਸਾਡੇ ਸਤਿਗੁਰ ਦਿੰਦੇ ਨੇ। ਸਾਡੇ ਅੰਦਰ ਉਹਨਾਂ ਨੇ ਜਜ਼ਬੇ ਸੇਵਾ ਦੇ ਭਰੇ ਹੋਏ ਨੇ। ਇਹੀ ਅਰਦਾਸ ਹੈ ਸਾਡੇ ਸਤਿਗੁਰ ਅੱਗੇ ਵੀ ਇਸ ਜਜ਼ਬੇ ਸੇਵਾ ਦੇ ਤਾਂ ਉਮਰ ਭਰੇ ਰਹਿਣ, ਅਸੀਂ ਇਨਸਾਨੀਅਤ ਦੀ ਸੇਵਾ 'ਤੇ ਚੱਲਦੇ ਰਹੀਏ। ਅੱਜ ਦਾ ਜਿਹੜਾ ਦੌਰ ਹੈ ਡਾਕਟਰ ਸਾਹਿਬ, ਕੁਝ ਲੋਕ ਜਿਹੜੇ ਹੈਗੇ ਆ, ਨੌਜਵਾਨ ਜਿਹੜੇ ਹੈਗੇ ਆ, ਉਹ ਨਸ਼ਿਆਂ ਵੱਲ ਜਿਹੜੇ ਵੱਧਦੇ ਜਾ ਰਹੇ ਆ, ਨਸ਼ਿਆਂ ਦਾ ਜਿਹੜਾ ਛੇਵਾਂ ਦਰਿਆ ਜਿਹੜਾ ਵਗ ਰਿਹਾ, ਅੱਜ ਦੇ ਨੌਜਵਾਨ ਨੂੰ ਕਿਸ ਤਰ੍ਹਾਂ ਜਿਹੜਾ ਨਸ਼ਿਆਂ ਤੋਂ ਦੂਰ ਕਿਸ ਤਰ੍ਹਾਂ ਕੀਤਾ ਜਾ ਸਕਦਾ? ਦੇਖੋ ਜੀ, ਇਹ ਇੱਕ ਭਿਆਨਕ ਕਲਯੁੱਗ ਚੱਲ ਰਿਹਾ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਤਾਂ ਕਲਯੁੱਗ ਦੇ ਵਿੱਚ ਬੁਰਾਈਆਂ ਵੀ ਪੂਰੇ ਸਿਖਰ ਦੇ ਉੱਤੇ ਨੇ, ਨਸ਼ੇ ਵੀ ਨੇ ਅਤੇ ਹੋਰ ਵੀ ਬਹੁਤ ਬੁਰਾਈਆਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਨੇ। ਨਸ਼ਿਆਂ ਦੇ ਦੌਰਾਨ ਨੂੰ ਡੇਰਾ ਸੱਚਾ ਸੌਦਾ ਸ਼ੁਰੂ ਤੋਂ ਹੀ ਇਸ ਚੀਜ਼ ਦਾ ਖੰਡਨ ਕਰਦਾ ਆਇਆ, ਅਤੇ ਇਸ ਨੂੰ ਰੋਕਣ ਵਾਸਤੇ ਵੀ ਉਹਨਾਂ ਨੇ ਮੰਨ ਲਓ ਡੇਰੇ ਸੱਚੇ ਸੌਦੇ ਦੇ ਸੰਤ ਨੇ ਜਿਹੜੇ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ, ਉਹ ਮਾਫੀਆ ਲੋਕਾਂ ਨਾਲ ਵੀ ਭਿੜ ਚੁੱਕੇ ਨੇ ਇਸ ਵਿਸ਼ੇ ਦੇ ਵਿੱਚ। ਉਹਨਾਂ ਨੇ ਇਸ ਬੁਰਾਈ ਦਾ ਬਹੁਤ ਜ਼ਿਆਦਾ ਖੰਡਨ ਕੀਤਾ, ਅਤੇ ਮੈਂ ਤਾਂ ਇਹੀ ਕਹਾਂਗਾ ਵੀ ਸੱਚੇ ਸੌਦੇ ਦੇ ਅਸੂਲਾਂ ਨੂੰ ਪਹਿਲਾਂ ਲੋਕ ਸਮਝਣ, ਪੜ੍ਹਨ, ਉਹਨਾਂ ਨੂੰ ਵਿਚਾਰਨ, ਫਿਰ ਹੀ ਸੱਚੇ ਸੌਦੇ ਦੇ ਨਾਲ ਜੁੜਨ। ਤੁਹਾਨੂੰ ਪਤਾ ਲੱਗੂਗਾ ਵੀ ਉੱਥੇ ਕਿਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ। ਤੁਹਾਡੀ ਜਿਹੜੀ ਰੂਹ ਹੈ, ਇਹ ਗੁਰੂ ਜੀ ਦੇ ਦਰਸ਼ਨਾਂ ਨੂੰ ਅੱਜ ਕੱਲ੍ਹ ਤੜਫਦੀ ਹੈ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਮੰਨ ਲਓ ਦਿਲ ਦੇ ਵਿੱਚ ਇੱਕ ਤੜਫ ਹੈ, ਚੀਸ ਹੈ ਸਤਿਗੁਰ ਦੇ ਦਰਸ਼ਨ ਦੇ ਕਰਨ ਦੇ ਲਈ। ਚਲੋ ਉਹ ਮਰਜ਼ੀ ਹੈ ਸਤਿਗੁਰ ਦੀ, ਜਿਵੇਂ ਸਿਸਟਮ ਚੱਲ ਰਿਹਾ ਉਹਦੀ ਰਜ਼ਾ ਦੇ ਵਿੱਚ ਹੀ ਹੋ ਰਿਹਾ ਸਾਰਾ ਕੁਛ। ਗੁਰੂ ਜੀ 'ਤੇ ਲੱਗੇ ਆਰੋਪਾਂ ਬਾਰੇ ਤੁਹਾਡਾ ਕੀ ਕਹਿਣਾ? ਬੇਬੁਨਿਆਦ, ਝੂਠ, ਉਹਨਾਂ ਦੇ ਵਿੱਚ ਇੱਕ 0% ਵੀ ਸੱਚਾਈ ਨਹੀਂ ਹੈਗੀ ਜੀ। ਜੋ ਝੂਠੇ ਮੰਨ ਲਓ ਦੋ ਸਾਡੇ ਗੁਰੂ ਜੀ ਦੇ ਉੱਤੇ ਲਾਏ ਉਹਨੇ, ਇੱਕ ਪਾਕ ਪਵਿੱਤਰ ਸੱਚੇ ਪਾਤਸ਼ਾਹ ਉਸ ਪਰਮਾਤਮਾ ਦੀ ਰੂਹ ਜੋ ਕਿ ਕਰੋੜਾਂ ਲੋਕਾਂ ਨੂੰ ਇੱਕ ਸੱਚਾਈ ਅਤੇ ਇਮਾਨਦਾਰੀ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰ ਰਹੇ ਨੇ। ਤੁਸੀਂ ਕਹਿ ਰਹੇ ਹੋ ਵੀ ਜਿਹੜੀ ਸਾਜਿਸ਼ ਦੇ ਤਹਿਤ ਦੇ ਅੰਦਰ ਗੁਰੂ ਜੀ ਅੰਦਰ ਗਏ ਹੋਏ ਨੇ, ਇੱਕ ਸਾਜਿਸ਼ ਰਚੀ ਗਈ ਹੈ ਕੋਈ, ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਕਿਵੇਂ ਹੈ ਸਾਡੇ ਸਮਾਜ ਦੇ ਅੰਦਰ? ਦੇਖੋ ਜੀ, ਇੱਥੇ ਘਾਟ ਆ ਸਾਡੇ ਸਿਸਟਮ 'ਚ। ਸਿਸਟਮ ਦੇ ਵਿੱਚ ਤਾਂ ਦੇਖੋ ਸਾਜਿਸ਼ਾਂ ਸ਼ੁਰੂ ਤੋਂ ਚੱਲਦੀਆਂ ਆ ਰਹੀਆਂ ਨੇ। ਜਿੰਨੇ ਵੀ ਸੰਤ ਮਹਾਂਪੀਰ ਫਕੀਰ ਇਸ ਦੁਨੀਆਂ ਦੇ ਉੱਤੇ, ਸਾਰਿਆਂ ਦੇ ਨਾਲ ਸਾਜਿਸ਼ਾਂ ਰਚੀਆਂ ਗਈਆਂ ਨੇ। ਗੁਰੂ ਸਾਹਿਬਾਨਾਂ ਨਾਲ ਵੀ ਸਾਜਿਸ਼ਾਂ ਹੋਈਆਂ, ਰਾਮ ਕ੍ਰਿਸ਼ਨ ਜੀ ਹੋਰੀ ਉਹਨਾਂ ਨਾਲ ਵੀ ਸਾਜਿਸ਼ਾਂ ਹੋਈਆਂ। ਕੁਛ ਦੁਸ਼ਟ ਲੋਕ ਹੁੰਦੇ ਨੇ ਜੋ ਕਾਲ ਦੇ ਨੁਮਾਇੰਦੇ ਹੁੰਦੇ ਨੇ, ਉਹ ਨਹੀਂ ਚਾਹੁੰਦੇ ਵੀ ਕੋਈ ਅਛਾਈ ਹੈ ਜਿਹੜੀ ਅੱਗੇ ਵਧੇ, ਤਾਂ ਉਸ ਨੂੰ ਰੋਕਣ ਲਈ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਨੇ। ਇਹ ਵੀ ਮੰਨ ਲਓ ਸਾਡੇ ਵਿੱਚ ਹੀ ਲੋਕ ਹੁੰਦੇ ਨੇ ਜੀ, ਇਹ ਠੀਕ ਹੈ, ਉਹ ਨਹੀਂ ਚਾਹੁੰਦੇ ਵੀ ਅਛਾਈ ਨੂੰ ਉੱਪਰ ਜਾਵੇ, ਤਾਂ ਉਸ ਨੂੰ ਰੋਕਣ ਲਈ ਉਹ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਨੇ। ਇਹੀ ਮੰਨ ਲਓ ਡੇਰਾ ਸੱਚਾ ਸੌਦਾ ਦੇ ਨਾਲ ਵੀ ਇਹੀ ਚੀਜ਼ ਵਾਪਰੀ ਹੈ। ਪਰ ਇੱਕ ਦਿਨ ਸੱਚਾਈ ਸਾਰੀ ਦੁਨੀਆ ਦੇ ਸਾਹਮਣੇ ਆਊਗਾ, ਸੱਚ ਦਾ ਸੱਚ ਅਤੇ ਝੂਠ ਦਾ ਝੂਠ ਪੂਰੀ ਦੁਨੀਆ ਨੂੰ ਪਤਾ ਲੱਗ ਜਾਊਗਾ। ਗੁਰੂ ਜੀ ਰਿਹਾਈ ਨੂੰ ਲੈ ਕੇ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੋਗੇ?
ਮੇਰੀ ਸਰਕਾਰ ਨੂੰ ਇਹੀ ਅਪੀਲ ਹੈ ਵੀ ਉਹ ਡੇਰਾ ਸੱਚਾ ਸੌਦਾ ਦੇ ਬਾਰੇ ਪੂਰੀ ਜਾਣਕਾਰੀ ਲੈਣ, ਜੋ ਵੀ ਉਹਨਾਂ ਦਾ ਪ੍ਰਸ਼ਾਸਨ ਹੈ। ਵੈਸੇ ਸਾਰਿਆਂ ਨੂੰ ਪਤਾ ਹੀ ਹੈ, ਪਰ ਅਸੀਂ ਫਿਰ ਵੀ ਇਹੀ ਅਪੀਲ ਕਰਦੇ ਹਾਂ ਵੀ ਜਿੰਨੇ ਵੀ MLA ਨੇ ਡੇਰਾ ਸੱਚਾ ਸੌਦਾ ਦੇ ਇਤਿਹਾਸ ਨੂੰ ਪੜ੍ਹਨ, ਉਹਨਾਂ ਦੇ ਮਾਨਵਤਾ ਭਲਾਈ ਦੇ ਕੰਮਾਂ ਨੂੰ ਦੇਖਣ ਵੀ ਇੰਨੇ ਮਾਨਵਤਾ ਭਲਾਈ ਦੇ ਕੰਮ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਗਏ ਨੇ, ਤਾਂ ਜਿਹੜੇ ਉਹ ਦੋਸ਼ ਤਾਂ ਆਪਣੇ ਆਪ ਹੀ ਬੇਬੁਨਿਆਦ ਹੋ ਜਾਣਗੇ ਜੀ ਜਦੋਂ ਉਹਨਾਂ ਨੂੰ ਆਪਾਂ ਦੇਖਾਂਗੇ। ਤਾਂ ਸਾਡੀ ਤਾਂ ਇਹੀ ਅਪੀਲ ਹੈ ਸਰਕਾਰ ਨੂੰ ਵੀ ਇਸ ਮਸਲੇ ਨੂੰ ਤੁਸੀਂ ਜਲਦੀ ਤੋਂ ਜਲਦੀ ਆਪਣੀ ਸੂਝਬੂਝ ਦੇ ਨਾਲ ਪਰਖ ਕੇ ਸਾਨੂੰ ਇਨਸਾਫ ਦਵਾਇਆ ਜਾਵੇ ਜੀ। ਡਾਕਟਰ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਜ਼ਰੂਰਤ ਹੈ ਗੁਰੂ ਜੀ ਦੇ ਲੱਗੇ ਹੋਏ ਦੋਸ਼ਾਂ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਰੀਨੀ ਕਰਨ ਦੀ, ਜਾਂਚ ਕਰਨ ਦੀ ਦੁਬਾਰਾ ਜ਼ਰੂਰਤ ਹੈ, ਕਿਉਂਕਿ ਗੁਰੂ ਜੀ ਜਿਹੜੇ ਹੈ ਨਿਰਦੋਸ਼ ਜਿਹੜੇ ਹੈਗੇ ਨੇ ਦੱਸਿਆ ਜਾ ਰਿਹਾ ਹੈ। ਸਮਾਜ ਵੱਲੋਂ ਦਿਨ ਪਰ ਦਿਨ ਜਿਹੜੀ ਇਹ ਮੰਗ ਵੱਧ ਰਹੀ ਹੈ ਵੀ ਗੁਰੂ ਜੀ ਨਿਰਦੋਸ਼ ਨੇ, ਉਹਨਾਂ ਦੇ ਲੱਗੇ ਹੋਏ ਆਰੋਪਾਂ ਨੂੰ ਦੁਬਾਰਾ ਜਿਹੜਾ ਇੱਕ ਵਾਰੀ ਜਾਂਚ ਦਾ ਜਿਹੜਾ ਵਿਸ਼ਾ ਇਹ ਬਣਦਾ ਜਾ ਰਿਹਾ। ਸੋ ਤੁਸੀਂ ਦੇਖਦੇ ਰਹੋ ਦਾ ਫੈਕਟ ਹੈ। ਮੈਂ ਸੁਖਵਿੰਦਰ ਕੋਟਲੀ, ਬਾਈ ਮੱਖਣ ਸ਼ਰਮਾ ਦੇ ਨਾਲ, ਧੰਨਵਾਦ।